ਡੇਲੀਪੋਸ ਪੰਜਾਬੀ ਦੇਖ ਰਹੇ ਤੁਸੀਂ ਮੈਂ ਹਾਂ ਜਸਨੂਰ ਤਵਨ ਤੁਹਾਡੀ ਸਿਹਤ ਨਾਲ ਜੁੜੀ ਇਹ ਅਹਿਮ ਖਬਰ ਹੈ ਗੋਲ ਗੱਪੇ ਖਾਣ ਦੇ ਜੇਕਰ ਤੁਸੀਂ ਸ਼ੌਕੀਨ ਹੋ ਤੇ ਖਾਸ ਖਬਰ ਤੁਹਾਡੇ ਲਈ ਹੈ ਕਿਉਂਕਿ ਇੱਕ ਰੀਸੈਂਟ ਸਟੱਡੀ ਸਾਹਮਣੇ ਆਈ ਹੈ ਜਿਸ ਦੇ ਨਾਲ ਇਹ ਕਹਿਣਾ ਹੈ ਕਿ ਤੁਹਾਡੇ ਸਿਹਤ ਲਈ ਗੋਲ ਗੱਪੇ ਖਾਣਾ ਹਾਨੀਕਾਰਕ ਸਾਬਤ ਹੋ ਸਕਦਾ ਹੈ ਔਰ ਗੋਲ ਗੱਪੇ ਖਾਣ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਦਿੱਤੀ ਗਈ ਹੈ ਯਾਨੀ ਕਿ ਹੁਣ ਗੋਲ ਗੱਪੇ ਤੁਸੀਂ ਨਹੀਂ ਖਾ ਪਾਓਗੇ ਸਰਕਾਰ ਨੇ ਪਾਬੰਦੀ ਲਗਾਈ ਹੈ ਸਿਹਤ ਵਿਭਾਗ ਨੇ ਤਾਵਨੀ ਜਾਰੀ ਕੀਤੀ ਹੈ ਕਿ ਗੋਲ ਗੱਪੇ ਖਾਣ ਦੇ ਨਾਲ ਕਈ ਮਾਰੀਆਂ ਪੈਦਾ ਹੋ ਸਕਦੀਆਂ ਨੇ ਜਿਸ ਨੂੰ ਲੈ ਕੇ ਹੁਣ ਨੇਪਾਲ ਦੇ ਵਿੱਚ ਗੋਲ ਗੱਪੇ ਖਾਣ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਖट्टे-ਮਿੱਠੇ ਪਾਣੀ ਦੇ ਨਾਲ ਲਿਵਰ ਦੇ ਵਿੱਚ ਪਸ ਪੈਦਾ ਹੋ ਸਕਦੀ ਹੈ ਜੌਂਡਿਸ ਔਰ ਅਲਸਰ ਹੋ ਸਕਦਾ ਹੈ ਔਰ ਜੇਕਰ ਤੁਸੀਂ ਇਸ ਦਾ ਧਿਆਨ ਨਹੀਂ ਰੱਖਦੇ ਤਾਂ ਆਈ ਸੀ ਯੂ ਤੱਕ ਪਹੁੰਚ ਸਕਦੇ ਤੁਹਾਨੂੰ ਇਹ ਬਿਮਾਰੀ ਆਈ ਸੀ ਯੂ ਤੱਕ ਲੈ ਕੇ ਜਾ ਸਕਦੀ ਹੈ ਤੇ ਨੇਪਾਲ ਦੀ ਕਟਮੰਡੂ ਕਾਟੀ ਦੇ ਵਿੱਚ ਗੋਲ ਗੱਪੇ ਵੇਚਣ ਤੇ ਰੋਕ ਲਗਾ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇੱਥੇ ਕੋਲਰਾ ਦੇ ਮਾਮਲੇ ਵੱਧ ਗਏ ਨੇ ਜਿਸ ਨੂੰ ਮੱਦੇ ਨਜ਼ਰ ਸਿਹਤ ਵਿਭਾਗ ਨੇ ਐਡਵਾਈਜ਼ਰੀ ਜਾਰੀ ਕਰਦੇ ਹੋਏ ਗੋਲ ਗੱਪੇ ਖਾਂਦ ਤੇ ਰੋਕ ਲਗਾ ਦਿੱਤੀ ਹੈ ਜ਼ਿਆਦਾ ਗੋਲ ਗੱਪੇ ਖਾਂਦੇ ਨਾਲ ਕਿਹੜੀਆਂ-ਕਿਹੜੀਆਂ ਬਿਮਾਰੀਆਂ ਹੋ ਸਕਦੀਆਂ ਨੇ ਇਹਦੇ ਨਾਲ ਕੋਈ ਜਾਨ ਨੂੰ ਖਤਰਾ ਤਾਂ ਨਹੀਂ ਤੇ ਇਸ ਦੇ ਅ ਲੈ ਕੇ ਵੀ ਅਸੀਂ ਤੁਹਾਡੇ ਲਈ ਇਹ ਖਬਰ ਲੈ ਕੇ ਆਏ ਆ ਗੋਲਗੱਪੇ ਖਾਂਦੇ ਨਾਲ ਇਹ ਸੱਤ ਬਿਮਾਰੀਆਂ ਜੋ ਤੁਹਾਨੂੰ ਹੋ ਸਕਦੇ ਨੇ ਕੋਲਰਾ ਜੌਂਡਿਸ ਇੰਡਾਈਜੈਸ਼ਨ ਡਾਇਰੀਆ ਉਲਟੀ ਆ ਸਕਦੀ ਹੈ ਲਿਵਰ ਐਬਸਸ ਹੋ ਸਕਦੇ ਔਰ ਉਲਸਰ ਵਰਗੀਆਂ ਬਿਮਾਰੀਆਂ ਗੋਲ ਗੱਪੇ ਖਾਣ ਦੇ ਨਾਲ ਹੋ ਸਕਦੀਆਂ ਨੇ ਜਿਸ ਨੂੰ ਲੈ ਕੇ ਹੁਣ ਸਿਹਤ ਵਿਭਾਗ ਨੇ ਐਡਵਾਈਜ਼ਰੀ ਜਾਰੀ ਕੀਤੀ ਤਾਂ ਬਹੁਤ ਅਜਿਹੇ ਕੇਸ ਸਾਹਮਣੇ ਆ ਰਹੇ ਸੀਗੇ ਨੇਪਾਲ ਦੇ ਵਿੱਚ ਜਿੱਥੇ ਗੋਲ ਗੱਪੇ ਖਾਣ ਦੇ ਨਾਲ ਲੋਕ ਹਸਪਤਾਲ ਦੇ ਵਿੱਚ ਦਾਖਲ ਹੋ ਰਹੇ ਸੀ ਆਈਸੀਯੂ ਤੱਕ ਪਹੁੰਚਣਾ ਪੈ ਰਿਹਾ ਸੀ ਜਿਸ ਨੂੰ ਲੈ ਕੇ ਕੋਲੈਰਾ ਦੇ ਮਾਮਲੇ ਵੱਧੇ ਨਜ਼ਰ ਆਏ ਔਰ ਸਰਕਾਰ ਨੇ ਇਹ ਗੋਲ ਗੱਪੇ ਖਾਂਦੇ ਬੈਨ ਲਗਾ ਦਿੱਤਾ ਹੈ ਤਾਂ ਨੇਪਾਲ ਦੇ ਵਿੱਚ ਹੁਣ ਗੋਲ ਗੱਪੇ ਨਾ ਕੋਈ ਅ ਮਾਰਕੀਟਸ ਦੇ ਵਿੱਚ ਮਿਲਣਗੇ ਕੋਈ ਨਹੀਂ ਖਾ ਸਕਦਾ ਨਾ ਕੋਈ ਵੇਚੇਗਾ ਨਾ ਕੋਈ ਗੋਲ ਗੱਪੇ ਖਾ ਸਕਦਾ ਤੇ ਨੇਪਾਲ ਸਰਕਾਰ ਨੇ ਇਹ ਅਹਿਮ ਅਪਡੇਟ ਸਾਂਝਾ ਕੀਤਾ ਹੈ ਸਿਹਤ ਵਿਭਾਗ ਨੇ ਜਾਣਕਾਰੀ ਸਾਂਝੀ ਕੀਤੀ ਸੀ ਕਿ ਗੋਲ ਗੱਪੇ ਖਾਣ ਦੇ ਨਾਲ ਬਿਮਾਰੀਆਂ ਹੋ ਸਕਦੀਆਂ ਨੇ ਲਗਾਤਾਰ ਜੋ ਅਪਡੇਟ ਸੱਚੇ ਸਾਹਮਣੇ ਆ ਰਹੇ ਨੇ ਕਿ ਸਿਹਤ ਲਈ ਹਾਨੀਕਾਰਕ ਹੋ ਸਕਦੇ ਜਿਸ ਨੂੰ ਲੈ ਕੇ ਸਿਹਤ ਵਿਭਾਗ ਦੀ ਚੇਤਾਵਨੀ ਤੋਂ ਬਾਅਦ ਕੋਲੈਰਾ ਦੇ ਮਾਮਲੇ ਵਧਣ ਤੋਂ ਬਾਅਦ ਨੇਪਾਲ ਦੇ ਵਿੱਚ ਗੋਲ ਗੱਪੇ ਖਾਂਦੇ ਪੂਰਨ ਤੌਰ ਤੇ ਡੈਨ ਲੱਜੁਕਾ ਹੈ ਗੋਲ ਗੱਪੇ ਦੇ ਵਿੱਚ ਸਮਾਈਲ ਕੀਤੇ ਜਾਣ ਵਾਲੇ ਪਾਣੀ ਦੇ ਵਿੱਚ ਹੈਜਾ ਯਾਨੀ ਕਿ ਕੋਲਰਾ ਦੇ ਬੈਕਟੀਰੀਆ ਸੀ ਕਈ ਲੋਕ ਬਿਮਾਰ ਹੋ ਰਹੇ ਸੀ ਔਰ ਹਰ ਇੱਕ ਨੂੰ ਭਾਰਤ ਦੇ ਵਿੱਚ ਵੀ ਇਸ ਨੂੰ ਲੈ ਕੇ ਅਲਰਟ ਹੋ ਜਾਣਾ ਚਾਹੀਦਾ ਜੇ ਹਾ ਸਿਹਤ ਵਿਭਾਗ ਦੀ ਚੇਤਾਵਨੀ ਸਾਹਮਣੇ ਆਈ ਹੈ ਤਾਂ ਲੋਕਾਂ ਨੂੰ ਗੋਲ ਗੱਪੇ ਖਾਣ ਤੋਂ ਮਨਾ ਕੀਤਾ ਜਾ ਰਿਹਾ ਜੇਕਰ ਤੁਸੀਂ ਵੀ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੁੰਦੇ ਹੋ ਤਾਂ ਅਹਿਮ ਖਬਰ ਸਿਹਤ ਵਿਭਾਗ ਵੱਲੋਂ ਅ ਤੁਹਾਡੇ ਤੱਕ ਕੀ ਗੋਲ ਗੱਪੇ ਖਾਣ ਤੋਂ ਕੁਝ ਸਮੇਂ ਲਈ ਪਰਹੇਜ਼ ਕੀਤਾ ਜਾਏ ਨੇਪਾਲ ਦੇ ਵਿੱਚ ਗੋਲ ਗੱਪੇ ਖਾਣ ਤੇ ਪੂਰਨ ਤੌਰ ਤੇ ਬੈਨ ਲਗਾ ਦਿੱਤਾ ਗਿਆ ਔਰ ਭਾਰਤ ਵਿੱਚ ਵੀ ਇਸ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਸਾਵਧਾਨੀ ਵਰਤਨੀ ਚਾਹੀਦੀ ਹੈ ਕੁਝ ਸਮੇਂ ਲਈ ਜਿਸ ਤਰ੍ਹਾਂ ਮੌਸਮ ਬਦਲ ਰਿਹਾ ਤਾਂ ਕਈ ਬਿਮਾਰੀਆਂ ਲੱਗ ਸਕਦੀਆਂ ਨੇ ਤਾਂ ਗੋਲ ਗੱਪੇ ਖਾਂਦੇ ਨੇਪਾਲ ਦੇ ਵਿੱਚ ਬੈਨ ਲਗਾ ਦਿੱਤਾ